ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਕੰਮ ਦੀ ਚੀਜ਼, ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਪਸ਼ੂਆਂ ਦੇ ਵਿੱਚ, ਖਾਸ ਕਰਕੇ ਗਊਆਂ ਦੇ ਵਿੱਚ ਲੰਪੀ ਨਾਮ ਦੀ ਬਿਮਾਰੀ ਬਹੁਤ ਹੀ ਜ਼ਿਆਦਾ, ਉਹਦਾ ਭੰਮਾਰਾ ਫੈਲਿਆ ਹੋਇਆ ਵਾ। ਜ਼ਿਆਦਾਤਰ ਇਸਨੇ ਗਊਆਂ ਨੂੰ ਹੀ ਪਕੜ 'ਚ ਲਿਆ ਵਾ। ਅਤੇ ਅੱਜ ਆਪਾਂ ਤੁਹਾਨੂੰ ਇਸਦਾ ਸਾਰਾ ਇਲਾਜ ਦੱਸਾਂਗੇ ਕਿ ਕੀ ਆਪਾਂ ਲੈਣਾ ਇਹਦੇ ਇਲਾਜ ਲਈ। ਅਤੇ ਇਹ ਦਲਜੀਤ ਨੂੰ ਨਾ ਸਾਡੇ ਆਵਾਰਾ ਫਿਰ ਰਹੀ ਸੀ, ਅਤੇ ਦਲਜੀਤ ਨੂੰ ਇਹਨੂੰ ਬੰਨ ਲਿਆ ਕਿ ਆਪਾਂ ਇਹਦਾ ਇਲਾਜ ਕਰਾਂਗੇ, ਇਹਨੂੰ ਠੀਕ ਕਰਾਂਗੇ। ਹੁਣ ਇਹਨੂੰ ਕਾਫੀ ਜ਼ਿਆਦਾ ਫਰਕ ਹੈਗਾ, ਤੁਸੀਂ ਹੁਣ ਦੇਖ ਸਕਦੇ ਹੋਗੇ। ਅਤੇ ਬਾਅਦ ਦੀਆਂ ਵੀ ਮੈਂ ਤੁਹਾਡੇ ਨਾਲ ਇਹਦੀਆਂ ਕਲਿੱਪ ਸ਼ੇਅਰ ਕਰੂੰਗੀ, ਅਤੇ ਐਂਡ ਤੱਕ ਦੇਖਿਓ ਵਲੋਗ। ਫਿਰ ਹੁਣ ਇਹਦਾ ਇਲਾਜ ਕੀ ਹੈਗਾ? ਅੱਛਾ, ਇਹ ਸੜਕ 'ਤੇ ਫਿਰਦੀ ਸੀ? ਹਾਂਜੀ। ਅੱਛਾ, ਲੰਪੀ ਮੁੱਲੇ ਆ ਦੇਖ, ਤੇਰੇ ਤਾਂ ਕੀੜੀ ਚੜ ਗਈ, ਕੀੜੀ ਚੜ ਗਈ, ਚੱਪਲ ਪਾਇਆ ਪਾਪੇ ਨੂੰ, ਬੱਛੀ ਆ ਗਈ। ਹਾਂ, ਨੋਟ ਤੇ ਫਿਰਦੇ, ਭੁੱਖੀ ਸੀ ਵਿਚਾਰੀ। ਦੇਖੋ ਹੁਣ ਉਹਨੂੰ ਪੱਠੇ ਵਗੈਰਾ ਪਾ ਤੇ, ਅਤੇ ਆਪਾਂ ਲਿਆ ਡਿਟੋਲ। ਅਤੇ ਡਿਟੋਲ ਆਪਾਂ ਪਾਵਾਂਗੇ ਸ਼ੀਸ਼ੀ 'ਚ, ਮੈਂ ਸਪਰੇਅ ਵਾਲੀ ਸ਼ੀਸ਼ੀ ਲੈ ਲਈ, ਮੇਰੇ ਕੋਲ ਪਈ ਸੀਗੀ। ਅਤੇ ਇਹਦੇ ਵਿੱਚ ਆਪਾਂ ਅੱਧਾ ਡਿਟੋਲ ਪਾ ਲੈਣਾ, ਅਤੇ ਇਹਦੇ ਵਿੱਚ ਆਪਾਂ ਪਾਣੀ ਪਾ ਲਾਂਗੇ, ਅਤੇ ਡਿਲਿਊਟ ਕਰ ਲਾਂਗੇ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ, ਅਤੇ ਫਿਰ ਆਪਾਂ ਉਹਦੇ 'ਤੇ ਕਰਾਂਗੇ ਸਪਰੇ। ਕਿਉਂਕਿ ਡਿਟੋਲ ਦੇ ਨਾਲ ਵੀ ਜਿਹੜਾ ਉਹਦੇ ਜ਼ਖਮ ਨੇਗੇ ਉਹ ਤੇ ਮੱਖੀ ਵਗੈਰਾ ਨਹੀਂ ਬੈਠਦੀ, ਕਿਉਂਕਿ ਇਹ ਦੇਖਿਆ ਗਿਆ ਵਾ ਇਹ ਜਿੱਦਾਂ ਆਪਣੇ ਛਾਲੇ ਨਹੀਂ ਹੋ ਜਾਂਦੇ, ਸੇਮ ਉਸੇ ਤਰੀਕੇ ਨਾਲ ਆ। ਤੇ ਆਪਾਂ ਹੁਣ ਉਹ ਤੇ ਸਪਰੇ ਕਰਾਂਗੇ, ਤੁਸੀਂ ਦੇਖਿਓ। ਡਿਟੋਲ ਇਹਦੇ ਪਾ ਰਹੇ ਆ ਵਿੱਚ, ਸਪਰੇ ਵਾਲੇ ਪੰਪ 'ਚ ਸਪਰੇ ਕਰਨਾ ਫਿਰ ਸੌਖਾ ਰਹਿੰਦਾ। ਪੱਠੇ ਵਿਚਾਰੀ ਫਟਾਫਟ ਲੱਗ ਗਿਆ। ਨਿੰਮ ਦਾ ਕੀ ਕਰਨਾ ਦਲਜੀਤ? ਠੀਕ ਆ ਜੀ, ਓਕੇ, ਉਹ ਵਧੀਆ ਹੋ ਗਈ। ਇਸ ਤਰੀਕੇ ਨਾਲ ਹੋਈ ਹੋਈ ਹੈਗੀ ਇਹਦੇ ਵਿਚਾਰੀ ਦੇ ਰਾਤ, ਪਰ ਉਹੀ ਆ ਨਾ ਲੋਕਾਂ ਨੇ ਬਹੁਤ ਛੱਡ ਤੀਆਂ ਹੁਣ ਇਹ। ਪਾਪਾ ਇਹਦੇ ਆਲੇ ਦੁਆਲੇ ਛਿੜਕ ਰਹੇ ਨੇ। ਫਰਨੈਲ ਨਹੀਂ ਹੁੰਦੀ ਜਿਹੜੀ, ਗੈਂਡਾ ਫਰਨੈਲ ਜਿਹਨੂੰ ਕਹਿੰਦੇ ਨੇ, ਇਹ ਕਾਲੇ ਜਿਹੇ ਰੰਗ ਦੀ ਉਹ ਵਾਲੀ ਬੋਤਲ 'ਚ ਪਾ ਕੇ ਇਹਦੇ ਨਾਲ ਵੀ ਕਾਫੀ ਜ਼ਿਆਦਾ ਰਾਹਤ ਮਿਲਦੀ ਆ ਵੀ। ਲਓ ਜੀ, ਆਪਾਂ ਪਾਣੀ ਧਰ ਲਿਆ, ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਿੰਮ। ਇਹਨੇ ਨਿੰਮ ਦੇ ਪਾਣੀ ਨਾਲ ਉਹਨੂੰ ਨਵਾਉਣਾ, ਰਾਰੇ ਪਾ ਦੇ ਨੇਗੇ, ਅਤੇ ਹੁਣ ਆਪਾਂ ਇਹਨੂੰ ਉਬਾਲਣਾ ਘੰਟਾ, ਅੱਧੇ ਘੰਟੇ ਤੋਂ ਲੈ ਕੇ ਇੱਕ ਘੰਟਾ ਪੂਰਾ ਇਹਨੂੰ ਉਬਾਲਣਾ। ਆਪਾਂ ਚੁੱਲ੍ਹੇ 'ਤੇ ਹੀ ਰੱਖਿਆ, ਅਤੇ ਵਧੀਆ ਪੱਕ ਜਾਊ, ਫਿਰ ਆਪਾਂ ਇਹਨੂੰ ਜੋ ਠੰਡਾ ਕਰ ਲੈਣਾ, ਇਹਦੇ ਵਿੱਚ ਪਾਣੀ ਹੋਰ ਪਾ ਕੇ ਫਿਰ ਇਹਨੂੰ ਆਪਾਂ ਬੱਛੀ ਨੂੰ ਨਵਾਵਾਂ। ਅਤੇ ਹੁਣ ਆਪਾਂ ਇਹ ਲਿਆ ਸੀਗਾ ਕਾਲਾ ਜੀਰਾ, ਸਨਾਏ ਪੱਤੀ, ਅਤੇ ਉਹ ਸੁੱਕੇ ਔਲੇ ਨਹੀਂ ਹੁੰਦੇ ਉਹ, ਤਿੰਨੋਂ ਚੀਜ਼ਾਂ 250-250 ਗ੍ਰਾਮ। ਬਾਕੀ ਤੁਸੀਂ ਘੱਟ ਵੀ ਬਣਾ ਸਕਦੇ ਹੋ, ਪਰ ਜੇ ਤਿੰਨੋਂ ਚੀਜ਼ਾਂ ਦਾ ਨਾਪ ਸੇਮ ਰੱਖਣਾ ਵਾਗਾ, ਅਤੇ ਵਿੱਚ ਪਾਉਣੀ ਹੈ ਇਹਦੇ 250 ਗ੍ਰਾਮ ਹੀ ਅਸੀਂ ਹਲਦੀ ਪਾਈ ਹੈ, ਕਿਉਂਕਿ ਅਸੀਂ 250 ਗ੍ਰਾਮ ਦੇ ਸਾਰੀਆਂ ਚੀਜ਼ਾਂ ਲਈਆਂ ਸੀਗੀਆਂ। ਅਤੇ ਚਾਰੋ ਚੀਜ਼ਾਂ ਦਾ ਆਪਾਂ ਜੋ ਨਾਪ ਆ ਬਰਾਬਰ ਰੱਖਣਾ। ਫਿਰ ਮੈਂ ਤੁਹਾਨੂੰ ਦੁਬਾਰਾ 'ਤੇ ਦੱਸ ਰਹੀ ਹਾਂ, ਸਨਾਏ ਪੱਤੀ, ਸੁੱਕੇ ਹੋਏ ਔਲੇ, ਹਲਦੀ ਅਤੇ ਕਾਲਾ ਜੀਰਾ। ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਗੀਆਂ। ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਪੀਸ ਕੇ, ਅਤੇ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਦਾ ਪਾਊਡਰ ਬਣਾ ਲਿਆ। ਅਤੇ ਹੁਣ ਦੇਣਾ ਕਿੱਦਾਂ ਤੁਹਾਨੂੰ ਉਹ ਦੱਸਾਂਗੇ ਅਸੀਂ। ਚੱਕੇ ਹੱਥ, ਅੱਛਾ, ਇਹ 'ਚ ਪਾਣੀ ਪਾ ਲਿਆ ਹੁਣ ਆਪਾਂ। ਠੀਕ ਹੈ, ਇਸ ਤਰ੍ਹਾਂ ਇਹਦੀ ਪਿੰਨੀ ਜੀ ਵੱਟ ਲੈਣੀ ਆ। ਹਾਂ, ਦੇਖੋ
ਇਦਾਂ ਉਹਨੇ ਕੱਲੀ ਉਹ ਆਟੇ ਚ ਕਰ ਲੈਣੇ ਆ ਦੇਖੋ ਇਸ ਤਰੀਕੇ ਦੇ ਨਾਲ ਇੱਕ ਆਪਾਂ ਲੈ ਲਿਆ ਦਾਣਾ ਜੋ ਮੱਝਾਂ ਨੂੰ ਪਾਉਂਦੇ ਹੁੰਦੇ ਹਾਂ ਜੇ ਆਪਾਂ ਪੇੜੇ ਬਣਾ ਲਏ ਤੇ ਹੁਣ ਆਪਾਂ ਇਹਨੂੰ ਖਵਾਵਾਂਗੇ। ਪਹਿਲੇ ਦਿਨ ਥੋੜਾ ਜਿਹਾ ਕਰਦੀ ਹੈਗੀ ਕਿਉਂਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਥੋੜੀਆਂ ਜਿਹੀਆਂ ਕਸੈਲੀਆਂ ਹੁੰਦੀਆਂ ਨੇਗੀਆਂ ਇਸ ਕਰਕੇ ਤੇ ਪਰ ਇਹ ਵਲੌਗ ਥੋੜਾ ਜਿਹਾ ਮੈਂ ਪਾਉਣ ਲੱਗੀ ਲੇਟ ਹੋ ਗਈ ਪਰ ਹੁਣ ਇਹ ਆਰਾਮ ਨਾਲ ਲੈ ਲੈਂਦੀ ਆ, ਬਿਲਕੁਲ ਵੀ ਇਦਾਂ ਨਹੀਂ ਕਰਦੀ ਹੈਗੀ ਵੀ ਮੂੰਹ ਚੋਂ ਕੱਢਦੀ ਹੈਗੀ ਕਿਉਂਕਿ ਗਾਵਾਂ ਤੁਹਾਨੂੰ ਪਤਾ ਹੀ ਹੁੰਦਾ ਇਹ ਚਾਰੂ ਹੁੰਦੀਆਂ ਨੇ, ਖਾ ਲੈਂਦੀਆਂ ਨੇ ਹਰ ਇੱਕ ਚੀਜ਼ ਤੇ ਇਹ ਤੁਸੀਂ ਹੁਣ ਤੁਹਾਨੂੰ ਅਸੀਂ ਇਹ ਨੁਕਤਾ ਦੱਸਿਆ ਤੁਸੀਂ ਵੀ ਜ਼ਰੂਰ ਅਪਣਾਇਓ। ਜੇ ਤੁਹਾਡੇ ਕੋਈ ਆਸ ਪਾਸ ਹੈਗੀ ਆ ਗਾਂ ਇੱਦਾਂ ਦੀ ਤਾਂ ਤੁਸੀਂ ਵੀ ਇਹ ਵੀਡੀਓ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਆਪਾਂ ਕਿਉਂਕਿ ਇਹਨਾਂ ਨੇ ਬੋਲ ਕੇ ਤਾਂ ਦੱਸਣਾ ਨਹੀਂ, ਤਕਲੀਫ ਸਾਰਿਆਂ ਨੂੰ ਹੀ ਹੁੰਦੀ ਆ ਜਦ ਆਪਾਂ ਦਾ ਕੁਛ ਦੁਖਦਾ ਹੁੰਦਾ ਤਾਂ ਆਪਾਂ ਨੂੰ ਵੀ ਤਕਲੀਫ ਹੁੰਦੀ ਆ ਤਾਂ ਤਕਲੀਫ ਇਹਨਾਂ ਨੂੰ ਵੀ ਓਨੀ ਹੀ ਹੁੰਦੀ ਹੈਗੀ। ਅਤੇ ਆਓ ਫਿਰ ਆਪਾਂ ਸਾਰੇ ਰਲ ਕੇ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰੀਏ ਅਤੇ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਇਸ ਵਰਗੀਆਂ ਜੋ ਗਾਵਾਂ ਨੇਗੀਆਂ ਉਹਨਾਂ ਨੂੰ ਇਸ ਬਿਮਾਰੀ ਤੋਂ ਰਾਹਤ ਮਿਲੇ। ਅਤੇ ਇਹ ਇੱਦਾਂ ਨਹੀਂ ਹੈਗਾ ਵੀ ਨੁਸਖਾ ਕੰਮ ਨਹੀਂ ਕਰਦਾ, ਮੈਂ ਤੁਹਾਡੇ ਨਾਲ ਇਸ ਦੀਆਂ ਹੋਣ ਵਾਲੀਆਂ ਪਿਕਸ ਵੀ ਜ਼ਰੂਰ ਸ਼ੇਅਰ ਕਰੂੰਗੀ, ਤੁਸੀਂ ਦੇਖਿਓ ਇਹਨੂੰ ਕਿੰਨਾ ਫਰਕ ਪੈ ਗਿਆ। ਅਤੇ ਆਈ ਹੋਪ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ, ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਜੋ ਵੀ ਇਸ ਬਿਮਾਰੀ ਦੇ ਨਾਲ ਗ੍ਰਸਤ ਨੇ ਗਾਵਾਂ ਉਹਨਾਂ ਨੂੰ ਰਾਹਤ ਮਿਲ ਸਕੇ। ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।